उधर नाभा के एक स्कूल च विशेष तौर पर पुजे हरपाल चीमा। इस मौके उन्होंने नाल गुरदेव देव मान ते जसवीर जस्सी भी मौजूद रहे। इस मौके चीमा ने जिथे स्कूल नाल जुड़ियां यादा सांझियां कीतियां, उत्थे ही सुखबीर बादल दे काफले ते होए हमले दी चीमा दे वल्लों निंदा कीती गई। तुसीं भी देखो की है पूरी खबर। नाभा विखे पंजाब दे खजाना मंत्री हरपाल सिंह चीमा आरएसएस जैन पब्लिक हाई स्कूल च विशेष तौर ते पहुंचे। इस मौके उन्हां दे नाल हलका विधायक गुरदेव सिंह देवमान ते जिला योजना बोर्ड दे चेयरमैन जसवीर सिंह जस्सी भी हाजिर रहे। स्कूल पुजन ते हरपाल चीमा दा भरमा स्वागत कीता गया अते स्कूल च सलाना समारोह मौके बच्चियां ने रंगारंग प्रोग्राम पेश कीते। इस मौके हरपाल चीमा ने स्कूल नाल जुड़ियां यादां भी सांझियां कीतियां। उत्थे ही सुखबीर बादल ते होए हमले दी हरपाल चीमा दे वल्लों निंदा कीती गई। उन्हां कहा कि हमलावारां विरुद्ध सख्त कारवाई होवेगी। होर की कुछ कहा हरपाल चीमा ने, तुसीं भी सुनो। ਅਸੀਂ ਉਸ ਸਮੇਂ ਪੰਜਾਬ ਜਿੱਤਣਾ ਸੀਗਾ ਔਰ ਪੰਜਾਬ ਜੈਨ ਮਾਡਲ ਸਕੂਲ ਦਾ ਮੇਰੇ ਸਕੂਲ ਦਾ ਨਾਮ ਜਿਹੜਾ ਹੈਗਾ ਉਸ ਸਮੇਂ ਆਉਣਾ ਸੀਗਾ। ਸੋ ਸਿਰਫ ਇਸੇ ਗੱਲ ਕਰਕੇ ਰਹਿ ਗਏ ਕਿ ਸ਼ਾਇਦ ਉਸ ਸਮੇਂ ਕੋਈ ਮੈਥਡ ਨਹੀਂ ਸੀਗਾ, ਪੁਰਾਣੇ ਸਮੇਂ ਸੀਗੇ। ਸੋ ਇਹ ਜਿਹੜੀ ਜ਼ਰੂਰ ਇੱਕ ਬਹੁਤ ਵੱਡੀ ਯਾਦ ਸੀਗੇ ਕਿਸ ਤਰ੍ਹਾਂ ਅਸੀਂ ਖੇਡਦੇ ਸੀਗੇ, ਕਿਸ ਤਰ੍ਹਾਂ ਉਹਨਾਂ ਖੇਡਾਂ ਨੂੰ ਕਢਾਉਣ ਦੇ ਵਿੱਚ ਸਾਡੇ ਅਧਿਆਪਕ ਸਾਹਿਬਾਨ ਆਪਣੇ ਜਿੰਦ ਜਾਨ ਲਾਉਂਦੇ ਸੀ। ਇੱਕ ਦੇਸ਼ ਇੱਕ ਵੋਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਕਿਸ ਤਰ੍ਹਾਂ ਜੱਜ ਕਰਦੇ? ਦੇਖੋ, ਆਮ ਆਦਮੀ ਪਾਰਟੀ ਇੱਕ ਵੋਟ ਇੱਕ ਨੇਸ਼ਨ ਜਿਹੜਾ ਹੈਗਾ ਉਹਦਾ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ। ਭਾਰਤ ਦੇ ਅੰਦਰ ਬਹੁਤ ਸਾਰੇ ਰਾਜ ਨੇ, ਬਹੁਤ ਸਾਰੀਆਂ ਯੂਨੀਅਨ ਟੈਰੀਟਰੀ ਨੇਗੀਆਂ, ਬਹੁਤ ਸਾਰੇ ਜੋਗ੍ਰਾਫਿਕਲੀ ਅਸੀਂ ਡਿਫਰੈਂਟ ਸਟੇਟ ਆਗੇ। ਕਿਤੇ ਕਿਸੇ ਦੀ ਕਈ ਐਸੀਆਂ ਜਗ੍ਹਾਵਾਂ ਜਿੱਥੇ ਸਾਰਾ ਸਾਲ ਬਾਰਿਸ਼ ਹੁੰਦੀ ਰਹਿੰਦੀ ਹੈ, ਕਈ ਇਹੀ ਜਗ੍ਹਾ ਕਿ ਭਾਰਤ ਦੇ ਅੰਦਰ ਜਿੱਥੇ ਪਹਾੜ ਨੇ, ਜਿੱਥੇ ਧੁੱਪ ਪੈਂਦੀ ਹੈ, ਵੱਖਰੇ ਵੱਖਰੇ ਮੌਸਮ ਨੇ। ਸੋ ਇਹ ਮੈਂ ਸਮਝਦਾ ਬਿਲਕੁਲ ਪੋਸੀਬਲ ਨਹੀਂ। ਇਹ ਜਿਹੜਾ ਬੀਜੇਪੀ ਦਾ ਫੈਸਲਾ ਕਿ ਕੇਂਦਰ ਸਰਕਾਰ ਦਾ ਫੈਸਲਾ ਸੀ, ਇਹਦਾ ਵਿਰੋਧ ਕਰਦੇ। ਇੰਡੀਆ ਗਠਜੋੜ ਨੂੰ ਲੈ ਕੇ ਵੀ ਲੱਗਦਾ ਕਿ ਕੇਂਦਰ ਤਹਿ ਦੇਖਾ। ਦੇਖੋ, ਇੰਡੀਆ ਗਠਜੋੜ ਜਿਹੜਾ ਇੰਡੀਆ ਅਲਾਇੰਸ ਹੋਇਆ ਗਾ ਉਹ ਤੋਂ ਡਰਦੀ ਮਾਰੀ ਕਿ ਕੇਂਦਰ ਸਰਕਾਰ ਬੀਜੇਪੀ ਇਸ ਤਰ੍ਹਾਂ ਦੇ ਭਰਮ ਭੁਲੇਖੇ ਖੜੇ ਕਰਨ ਦਾ ਯਤਨ ਕਰਦੀ, ਕਿਉਂਕਿ ਉਹਦੇ ਅੰਦਰ ਇੰਡੀਆ ਗਠਜੋੜ ਦੇ ਅੰਦਰ ਕਈ ਇਸ ਤਰ੍ਹਾਂ ਦੇ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਆਪਣੇ ਸਟੇਟਾਂ ਦੇ ਅੰਦਰ ਕਲੈਸ਼ ਨੇਗੇ, ਆਪਣੇ ਸਟੇਟਾਂ ਦੇ ਅੰਦਰ ਕੋਈ ਨਾ ਕੋਈ ਉਹਨਾਂ ਦੇ ਵਖਰੇਵੇਂ ਨੇਗੇ। ਸੋ ਉਹਨਾਂ ਵਖਰੇਵਿਆਂ ਨੂੰ ਹੋਰ ਵਧਾਉਣ ਦੇ ਲਈ ਵੀ ਇੰਡੀਆ ਅਲਾਇੰਸ ਕਾਮਯਾਬ ਨਾ ਹੋਵੇ, ਇਸ ਤਰ੍ਹਾਂ ਦੇ ਸ਼ੜਯੰਤਰ ਜਿਹੜਾ ਕੇਂਦਰ ਸਰਕਾਰ ਰਚ ਰਹੀ ਆ। ਪਰ ਲੇਕਿਨ ਸਪਸ਼ਟ ਆ ਕਿ ਇਸ ਵਾਰ ਜਿਹੜਾ ਹੈਗਾ ਦੇਸ਼ ਦੇ ਅੰਦਰ ਭਾਰਤ ਇੰਡੀਆ ਜਿੱਤੂਗਾ ਔਰ ਬੀਜੇਪੀ ਜਿਹੜੀ ਆ ਉਹ ਹਰੂ। ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਹਮਲਾ ਹੋਇਆ, ਜਿਹੜਾ ਕੱਲ੍ਹ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਮੈਂ ਸਮਝਦਾ ਇਸ ਤਰ੍ਹਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ, ਇਹ ਬਿਲਕੁਲ ਗਲਤ ਗੱਲ ਆ। ਲੀਡਰ ਕਿਸੇ ਵੀ ਪਾਰਟੀ ਦਾ, ਕੋਈ ਵੀ ਨਾਗਰਿਕ ਚਾਹੇ ਲੀਡਰ ਆ ਜਾਂ ਨਾਗਰਿਕ ਆ, ਉਦੋਂ ਉਹ ਜਿਹੜਾ ਹੈਗਾ ਉਹਦੇ 'ਤੇ ਕਿਸੇ ਪ੍ਰਕਾਰ ਦਾ ਨਹੀਂ ਹੋਣਾ ਚਾਹੀਦਾ। ਕਾਰਵਾਈ ਹੋਈ ਹੈ? ਬਿਲਕੁਲ, ਜਿਹਨੇ ਵੀ ਉਹ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ, ਸਖ਼ਤ ਕਾਰਵਾਈ ਹੋਊਗੀ। ਜਿਹੜਾ ਉਸ ਨੂੰ ਕਾਨੂੰਨ ਲੈ ਕੇ ਆਇਆ ਪਟਵਾਰੀਆਂ ਦੇ ਲਈ, ਪਟਵਾਰੀ ਹੜਤਾਲ 'ਤੇ ਮੈਂ ਚੇਤਾਵਨੀ ਸਰਕਾਰ ਨੂੰ, ਸਰਕਾਰ ਨੇ ਫਿਰ ਠੂ ਕਰਨ ਦੇ ਗਿਆ ਜੇਤੀ ਚੋਣਾਂ ਦੇ ਵਿੱਚ? ਦੇਖੋ, ਜਿਹੜਾ ਹੈਗਾ ਪਹਿਲੀ ਵਾਰ ਗੱਲ ਇਹ ਆ ਕਿ ਪੰਜਾਬ ਦੇ ਅੰਦਰ ਜਦੋਂ ਦੀ ਸਰਕਾਰ ਬਣੀ ਹੈ, ਜਿੰਨੀਆਂ ਵੀ ਡੀਏ ਦੀਆਂ ਕਿਸ਼ਤਾਂ ਨੇ, ਲਗਾਤਾਰ ਅਸੀਂ ਜਿਹੜਾ 5 ਸਾਲ ਪਿਛਲੇ 5 ਸਾਲ ਦੀ ਮੈਂ ਗੱਲ ਕਰਾਂ, ਜਿਹੜਾ ਕੰਮ ਮੁਲਾਜ਼ਮਾਂ ਦੇ ਖਿਲਾਫ਼ ਹੋਇਆ ਸੀਗਾ, ਲਗਾਤਾਰ ਚਾਹੇ ਡੀਏ ਦੀ ਕਿਸ਼ਤਾਂ, ਜਿੰਨੀਆਂ ਵੀ ਮੰਗਾਂ ਨੇ, ਮੈਂ ਲਗਭਗ ਮਹੀਨੇ ਦੇ ਅੰਦਰ 5 ਦਾ 10 ਮੀਟਿੰਗਾਂ ਜਿਹੜੀਆਂ ਮੁਲਾਜ਼ਮ ਸਾਹਿਬਾਨ ਦੇ ਨਾਲ ਕਰਦਾਂਗਾ, ਉਹਨਾਂ ਨਾਲ ਕਰਦਾਂਗਾ। ਸੋ ਇਸ ਤਰ੍ਹਾਂ ਵਾਰ ਵਾਰ, ਕਿਉਂਕਿ ਇੱਕ ਪਾਸੇ ਹੜ ਆਏ ਨੇਗੇ, ਇੱਕ ਪਾਸੇ ਹੜਾਂ ਦੀ ਪੋਜੀਸ਼ਨ ਪੰਜਾਬ ਦੇ ਅੰਦਰ, ਪੰਜਾਬ ਦਾ ਕਿਸਾਨ ਅੰਨਦਾਤਾ ਜਿਹੜਾ ਹੈਗਾ ਉਹ ਪ੍ਰੋਬਲਮ 'ਚ, ਦੂਜੇ ਪਾਸੇ ਹੜਤਾਲ ਕਰਨੀ ਜਾਇਜ਼ ਨਹੀਂ ਹੈਗਾ। ਇਸੇ ਗੱਲ ਕਰਕੇ ਜਿਹੜਾ ਇਹ ਸਖ਼ਤ ਕਦਮ ਉਠਾਇਆ ਗਿਆ ਹੈਗਾ। ਬਿਲਕੁਲ, ਇੰਡੀਆ ਅਲਾਇੰਸ ਇੱਕ ਗਠਜੋੜ ਹੋਇਆ ਗਾ ਜੀ, ਇੰਡੀਆ ਅਲਾਇੰਸ ਹੋਇਆ ਗਾ ਔਰ ਭਾਰਤ ਨੂੰ ਬਚਾਉਣ ਦੇ ਲਈ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ, ਛੋਟੇ ਬਖਰੇਵੇਂ ਜਿਹੜੇ ਨੇ ਉਹਨਾਂ ਨੂੰ ਦੂਰ ਰੱਖ ਕੇ ਇੱਕ ਵੱਡੇ ਮਕਸਦ ਲਈ ਜਿਹੜਾ ਇੰਡੀਆ ਅਲਾਇੰਸ ਹੋਇਆ ਗਾ। ਸੋ ਭਾਰਤ ਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਆ, ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਆ, ਲੋਕਤੰਤਰ ਨੂੰ ਬਚਾਉਣਾ ਸਾਡੀ ਪ੍ਰਾਇੋਰਟੀ। ਨਾਭਾ ਤੋਂ ਰਾਹੁਲ ਖਰਾਣਾ ਦੀ ਰਿਪੋਰਟ, ਹਮਦਰਦ ਟੀਵੀ।